माशाल्लाह ठीक है, सीट भी बेहतरीन है, साफ सुथरा है, ठीक है, माशाल्लाह ठीक काम है। आओ तुसी फील्ड दे विच, अच्छा काम है जी। अस्सलाम वालेकुम, वकास भाई ते अब्दुल खालिक भाई साडे कोल आए ने जी, माशाल्लाह गुजरा वाला तो चल के सीट तुसा लिया, लेके खुश हो पूरा, पूरे तमाद हो माशाल्लाह, पूरे मुतमिन। क्वालिटी कैसी है माशाल्लाह, पिछले किन्ने साल तो लगा रहे हो? अपना जो जीवन लगाया सी, किवें पता लगा, किस तरह स्टार्ट लिया? ਨਵੇਂ ਭਰਾ ਜਿਹੜੇ ਲਾਣ ਵਾਲੇ ਨੇ ਉਹ ਵੇਖਣਾ ਸੁਣਨਾ ਚਾਹੁੰਦੇ ਨੇ ਕਿ ਨਵਾਂ ਬੰਦਾ ਕਿਸ ਤਰ੍ਹਾਂ ਸਟਾਰਟਅਪ ਉਹਨੇ ਲਿਆ। ਭਾਜੀ ਅਸਾਂ ਪਹਿਲੀ ਦਫਾ ਜਦੋਂ ਲਿਆ ਸੀ ਆ ਮੀਆਂਵਾਲੀ ਤੋਂ ਆਂਦਾ ਹਜੇ, ਠੀਕ ਹੈ, ਤੇ ਉਹ ਸਾਡੇ ਦੋਸਤ ਨੇ ਉਹਨਾਂ ਲਾਇਆ ਤੇ ਉਹਨਾਂ ਮਾਸ਼ਾਅੱਲਾ ਬੜੀ ਖਿਦਮਤ ਉਹਨਾਂ ਦੀ ਕੀਤੀ ਹੈ। ਫਿਰ ਉਹਨਾਂ ਨੂੰ ਜਦੋਂ ਪੈਸੇ ਲੱਗੇ ਲੱਗੇ ਨੇ ਨਾ ਲੱਭਣ, ਫਿਰ ਅਸੀਂ ਮੁਤਮੈਨ ਹੋਏ ਹਾਂ ਕਿ ਯਾਰ ਬਾਕੀ ਹੈ ਕੋਈ ਕੰਮ, ਠੀਕ ਹੈ ਜੈਮਨ ਕਰ, ਠੀਕ ਹੈ। ਫਿਰ ਉਸ ਤੋਂ ਬਾਅਦ ਸਾਡਾ ਜਿਹੜਾ ਨਾ ਸਿੰਗਲ, ਉਸ ਤੋਂ ਪਹਿਲੇ ਨਹੀਂ, ਉਸ ਤੋਂ ਪਹਿਲੇ ਮੁਰੱਬੇ ਛੇ ਸੱਤ ਭਾਈ ਆ ਗਏ ਨੇ, ਚੌਥੀ ਦਫਾ ਹੈ ਮਾਸ਼ਾਅੱਲਾ ਆ ਗਏ ਨੇ, ਇਹਨਾਂ ਦੇ ਤਾਵਨ ਦਾ ਬਹੁਤ ਸ਼ੁਕਰੀਆ। ਇਹ ਮਹਿਜ਼ ਅੱਲਾ ਦਾ ਹੀ ਫਜ਼ਲ ਹੈ ਕਿ ਅੱਲਾ ਪਾਕ ਇਹਨਾਂ ਪ੍ਰਾਹੁਣਿਆਂ ਨੂੰ ਜਿਹੜਾ ਨਾ ਉਹ ਸਾਨੂੰ ਇਸ ਕਾਬਲ ਸਮਝਦਾ ਕਿ ਸਾਨੂੰ ਮਹਿਮਾਨ ਨਵਾਜ਼ੀ ਤੋਂ ਜਿਹੜਾ ਨਾ ਅੱਲਾ ਪਾਕ ਨਵਾਜ਼ਦਾ ਪਿਆ, ਤੇ ਬਹੁਤ ਹੀ ਜਿਹੜਾ ਨਾ ਆਪਣੇ ਵੱਲੋਂ ਅੱਛਾ ਸਾਫ਼ ਸੁਥਰਾ ਨੀਟ ਐਂਡ ਕਲੀਨ ਅਥੈਂਟਿਕ ਸੀਟ ਦੇਣ ਦੀ ਕੋਸ਼ਿਸ਼ ਕਰੀ ਦੀ ਹੈ ਕਿ ਮਾਰਕੀਟ ਦੇ ਵਿੱਚ ਇੱਕ ਮਿਆਰ ਬਣਾਈਏ, ਇੱਕ ਆਪਣੀ ਇੱਜ਼ਤ ਬਣਾਈਏ ਔਰ ਇੱਕ ਆਪਣੀ ਜੀਵਨ ਗਾਰਨਿਕ ਦੀ ਫੈਮਿਲੀ ਨੂੰ ਲੈ ਕੇ ਚੱਲੀਏ। ਹੁਣ ਤੱਕ ਮਾਸ਼ਾਅੱਲਾ ਕੋਈ 20 ਤੋਂ 25 ਦੋਸਤਾਂ ਨੂੰ ਸੀਟ ਦੇ ਚੁੱਕੇ ਹਾਂ, ਉਹਨਾਂ ਸਭ ਨਾਲ ਮਿਲ ਕੇ ਇਨਸ਼ਾਅੱਲਾ ਇਸ ਦਫ਼ਾ ਲਗਾਵਾਂਗੇ। ਫਰੈਸ਼ ਬੁਕਿੰਗ ਲਈ ਭਾਈ ਰਾਬਤਾ ਕਰ ਸਕਦੇ ਨੇ, ਠੀਕ ਹੈ। ਸੀਟ ਤਾਂ ਹੁਣ ਅਵੇਲੇਬਲ ਨਹੀਂ ਹੈ, ਸੀਟ ਵਾਸਤੇ ਜਿਹੜਾ ਨਾ ਉਹ ਤਕਰੀਬਨ ਆਪਣੇ ਲਈ ਹੀ ਰਹਿ ਗਿਆ, ਲੇਕਿਨ ਅਗੋ ਫਰੈਸ਼ ਬੁਕਿੰਗ ਲਈ ਜਿਹੜਾ ਨਾ ਤੁਸੀਂ ਜ਼ਰੂਰ ਰਾਬਤਾ ਕਰ ਸਕਦੇ ਹੋ। ਇਨਸ਼ਾਅੱਲਾ ਇੱਕ ਨੈਕਸਟ ਵੀਡੀਓ 'ਚ ਮਿਲਾਂਗੇ, ਅੱਲਾ ਹਾਫਿਜ਼।